ਗੁਰਾਂ ਦੇ ਵਿੱਚ ਇੱਕ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਹੈ, ਦਰਦਨਾਕ ਹਾਦਸੇ ਦੀ ਤਸਵੀਰਾਂ ਵੀ ਸਾਂਝੀਆਂ ਕਰੂੰਗੇ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਮੌਤ ਵੀ ਹੋਈ ਹੈ, ਤਸਵੀਰਾਂ ਉਹਦੀਆਂ ਸਾਂਝੀਆਂ ਕਰੂੰਗੇ। ਜਿਸ ਗੱਡੀ ਨਾਲ ਹਾਦਸਾ ਹੋਇਆ, ਗੱਡੀ ਤੋਂ ਬਾਅਦ ਜਿਹੜਾ ਮੋਟਰਸਾਈਕਲ ਕਾਫੀ ਦੂਰ ਤੱਕ ਦੱਸਿਆ ਜਾ ਰਿਹਾ ਘੜੀਸਦੇ ਹੋਏ ਲੈ ਗਏ, ਅਤੇ ਮੋਟਰਸਾਈਕਲ ਨੂੰ ਜਿਹੜਾ ਅੱਗ ਪੈ ਗਈ ਸੀ। ਅੱਗ ਪੈਣ ਤੋਂ ਬਾਅਦ ਮੋਟਰਸਾਈਕਲ ਪੂਰੀ ਤਰ੍ਹਾਂ ਨਾਲ ਜਲ ਕੇ ਜਿਹੜਾ ਰਾਖ ਹੋ ਗਿਆ। ਤਸਵੀਰਾਂ ਸਾਂਝੀਆਂ ਕਰ ਦਿੰਦੇ ਹਾਂ। ਉਹ ਗੱਡੀ ਖੜ੍ਹੀ ਹੈ ਪੁਲਿਸ ਥਾਣੇ ਦੇ ਵਿੱਚ, ਜਿਸ ਗੱਡੀ ਦੇ ਨਾਲ ਇਹ ਸਾਰਾ ਹਾਦਸਾ ਵਾਪਰਿਆ। ਇਸ ਮਰਸੀਡੀਜ਼ ਗੱਡੀ ਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਜਿਹੜਾ ਇਹ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਦਿੰਦੇ ਹਾਂ। ਦੇਖੋ ਤੁਸੀਂ ਮੋਟਰਸਾਈਕਲ ਦੇ ਹਾਲਾਤ, ਉਹ ਹਾਲਾਤ ਵੀ ਦਿਖਾਉਂਗੇ ਜਦੋਂ ਰਾਤੀ ਮੋਟਰਸਾਈਕਲ ਨੂੰ ਅੱਗ ਲੱਗੀ, ਅੱਗ ਲੱਗੇ ਦੇ ਵਿਜ਼ੂਅਲ ਵੀ ਤੁਹਾਡੇ ਨਾਲ ਸਾਂਝੇ ਕਰਦੇ, ਅਤੇ ਉਸ ਤੋਂ ਬਾਅਦ ਹੁਣ ਇਹ ਦਿਨ ਵੇਲੇ ਦੀ ਤਸਵੀਰਾਂ ਕਿ ਮੋਟਰਸਾਈਕਲ ਦਾ ਕੀ ਹਾਲ ਬਣ ਗਿਆ, ਕਿ ਪਛਾਣ ਹੀ ਨਹੀਂ ਹੁੰਦਾ ਪਿਆ ਕਿ ਮੋਟਰਸਾਈਕਲ ਇਹ ਕਿਹੜੀ ਕੰਪਨੀ ਦਾ ਸੀ ਜਾਂ ਕਿਹੜਾ ਮਾਰਕਾ ਸੀਗਾ, ਕਿਸ ਤਰੀਕੇ ਦੇ ਨਾਲ ਇਹ ਇਸ ਟਾਈਮ ਪੂਰੇ ਤਰੀਕੇ ਦੇ ਨਾਲ ਸੜਿਆ ਹੋਇਆ ਹੈ। ਨਾ ਇਸਦਾ ਅੱਗੇ ਹੈਂਡਲ ਦਿਖਦਾ ਪਿਆ, ਤਾਂ ਨਾ ਇਹਦੇ ਟਾਇਰ ਹੈ, ਕੁਛ ਵੀ ਨਹੀਂ ਪਤਾ ਲੱਗਦਾ ਅਤੇ ਹਾਦਸਾ ਕਿੰਨਾ ਭਿਆਨਕ ਹੋਊਗਾ। ਅਤੇ ਇਹਦੀਆਂ ਤਸਵੀਰਾਂ ਵੀ ਜਿਹੜੀਆਂ ਰੂਹ ਕੰਬਾਊ ਤਸਵੀਰਾਂ ਸੀਗੀਆਂ, ਕਿਉਂਕਿ ਜਿਸ ਤਰੀਕੇ ਦੇ ਨਾਲ ਟ੍ਰੇਨ ਦੇ ਨਾਲ ਕੋਈ ਹਾਦਸਾ ਵਾਪਰਦਾ ਅਤੇ ਉਸ ਤਰੀਕੇ ਦੇ ਨਾਲ ਜਿਹੜੇ ਬੋਡੀ ਦੇ ਪਾਰਟ ਅਲੱਗ ਹੋ ਜਾਂਦੇ, ਉਸੇ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੋ ਜਿਹੜੇ ਨੌਜਵਾਨ ਸੀਗੇ ਇਹਨਾਂ ਦੇ ਹਾਲਾਤ ਬਣੇ ਸੀਗੇ ਰਾਤ, ਜਿਸ ਨੂੰ ਦੇਖਣ ਦੇ ਜਿਨ੍ਹਾਂ ਨੇ ਦੇਖਿਆ ਸੀਗਾ ਮੌਕੇ 'ਤੇ, ਅਤੇ ਉਹਨਾਂ ਦੇ ਵੀ ਰੂਹ ਜਿਹੜੀ ਝੰਜੋੜ ਹੋ ਗਈ ਸੀਗੀ, ਅਤੇ ਉਹ ਖੁਦ ਉਸ ਹਾਦਸੇ ਨੂੰ ਦੇਖ ਕੇ ਕਾਫੀ ਜਿਹੜੇ ਸਹਿਮੇ ਹੋਏ ਸੀਗੇ। ਅਤੇ ਇਸ ਗੱਡੀ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਉਹ ਗੱਡੀ ਸੀਗੀ ਜਿਹੜੀ ਦੱਸੀ ਜਾ ਰਹੀ ਹੈ ਕਿ ਅਣਗਹਿਲੀ ਦੇ ਕਾਰਨ ਜਿਹੜਾ ਇਹ ਹਾਦਸਾ ਜਿਹੜਾ ਸਾਰਾ ਵਾਪਰਿਆ। ਇਸ ਗੱਡੀ ਨੂੰ ਜਿਹੜਾ ਡਰਾਈਵਰ ਚਲਾ ਰਿਹਾ ਸੀਗਾ, ਜਿਸ ਦੀ ਪਛਾਣ ਪੁਲਿਸ ਨੇ ਧਰਮਪ੍ਰੀਤ ਸਿੰਘ ਵਾਸੀ ਨੰਗਲ ਜੱਟਾ ਮਕੰਦਪੁਰ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਉੱਥੇ ਦਾ ਜਿਹੜਾ ਸੀਗਾ ਬੰਦਾ ਇਹ ਗੱਡੀ ਨੂੰ ਜਿਹੜਾ ਚਲਾ ਰਿਹਾ ਸੀਗਾ। ਅਤੇ ਜਿਹੜੇ ਇਸ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਪਛਾਣ ਜਿਹੜੀ ਹੋਈ ਹੈਗੀ ਆ, ਉਹਦੇ ਵਿੱਚ ਗੁਰਪ੍ਰੀਤ ਸਿੰਘ ਵਾਸੀ ਅਸ਼ਾਹੂਰ ਫਲੌਰ, ਅਤੇ ਉਸਦੇ ਨਾਲ ਜਿਹੜਾ ਪਿੱਛੇ ਬੈਠਾ ਹੋਇਆ ਸੀਗਾ ਉਸਦਾ ਸਾਥੀ ਰਜਵਿੰਦਰ, ਜਿਹੜਾ ਗਰਚਾ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਦੱਸਿਆ ਜਾ ਰਿਹਾ, ਉਹ ਬਾਈਕ ਦੇ ਮਗਰ ਬੈਠਾ ਹੋਇਆ ਸੀਗਾ ਜਦੋਂ ਇਹ ਇੱਥੋਂ ਇੱਕ ਪੈਲਸ ਦੇ ਵਿੱਚੋਂ ਜਿਹੜਾ ਦੱਸਦੇ ਪਏ ਹੈ ਵੇਟਰ ਦਾ ਕੰਮ ਕਰਦੇ ਸੀਗੇ, ਉੱਥੇ ਆਪਣਾ ਕੰਮ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸੀਗੇ ਪਿੰਡ ਨੂੰ, ਅਤੇ ਇਹ ਜਿਹੜਾ ਹਾਦਸੇ ਦਾ ਜਿਹੜਾ ਸ਼ਿਕਾਰ ਗੁਰਾਇਆ ਥਾਣੇ ਦੇ ਬਿਲਕੁਲ ਨੇੜੇ ਹੀ ਇਹ ਜਿਹੜਾ ਹਾਦਸਾ ਵਾਪਰਿਆ। ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਜਿਹੜਾ ਦੋਨੇ ਹੀ ਇਹ ਜਿਹੜੇ ਦਿਹਾੜੀਦਾਰ ਜਿਹੜੇ ਕਹਿ ਸਕਦੇ ਹਾਂ ਇੱਕ ਮਿਹਨਤਕਸ਼ ਲੋਕ ਸੀਗੇ, ਉਹਨਾਂ ਦੇ ਇਸ ਹਾਦਸੇ ਦੇ ਵਿੱਚ ਆਪਣੀ ਕੀਮਤੀ ਜਾਨ ਜਿਹੜੀ ਗਵਾ ਚੁੱਕੇ ਆ, ਅਤੇ ਹੁਣ ਜਿਹੜਾ ਦੋਨਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਫਲੌਰ ਦੇ ਵਿੱਚ ਕਰਾਇਆ ਜਾ ਰਿਹਾ। ਅਤੇ ਪੁਲਿਸ ਵੱਲੋਂ ਜਿਹੜਾ ਧਰਮਪ੍ਰੀਤ ਜਿਹੜਾ ਗੱਡੀ ਦਾ ਡਰਾਈਵਰ ਦੱਸਿਆ ਜਾ ਰਿਹਾ, ਉਸ ਦੇ ਖਿਲਾਫ਼ ਜਿਹੜਾ ਥਾਣਾ ਗੁਰਾਇਆਂ ਦੇ ਵਿੱਚ ਵੱਖ ਵੱਖ ਧਾਰਾਵਾਂ ਦੇ ਹੇਠ ਜਿਹੜਾ ਮਾਮਲਾ ਦਰਜ ਕੀਤਾ ਹੈ। ਹੁਣ ਤਸਵੀਰਾਂ ਵੀ ਉਹ ਸਾਂਝੀਆਂ ਕਰਦੇ ਹਾਂ ਜਿਹੜਾ ਦੇਰ ਰਾਤ ਜਿਹੜਾ ਹਾਦਸਾ ਵਾਪਰਿਆ ਹੈਗਾ, ਉਸ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗੀ ਹੈ ਅਤੇ ਕਿਸ ਤਰੀਕੇ ਦੇ ਨਾਲ ਸੜਕ 'ਤੇ ਜਿਹੜੀ ਬੋਡੀਆਂ ਪਈਆਂ ਹੋਈਆਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਿੱਕੀ ਆ ਜੀ। ਅਸੀਂ ਜਾਂਦੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸੈਲ ਮਾਰ ਗਿਆ, ਇਹ ਪਿੱਛੇ ਸੀਗੇ ਦੋ ਜਣੇ, ਅਸੀਂ ਮੂਹਰੇ ਸੀਗੇ, ਗੱਡੀ ਬੜੀ ਤੇਜ਼ ਸੀਗੀ, ਉਹ ਗੱਡੀ ਵਾਲਾ ਦੋਨਾਂ ਨੂੰ ਸੈਲ ਮਾਰ ਗਿਆ, ਇਹ ਹੁਣ ਵਧੇ ਮੌ ਗਏ ਦੋਨੇ, ਘੜੀਸ ਦਾ ਲੈ ਗਿਆ, ਡਰਾਈਵਰ ਦਾ ਫੜ ਲਿਆ ਜੀ, ਡਰਾਈਵਰ ਫੜ ਲਿਆ ਜੀ। ਹਾਂਜੀ ਹਾਂਜੀ, ਗੱਡੀ ਫੜ ਲਈ ਸੀ ਮੂਹਰੇ ਜਾ ਕੇ। ਹਾਂਜੀ ਹਾਂਜੀ, ਦਾਰੂ ਪੀਤੀ ਹੋਣੀ ਹੈ ਜੀ। ਹਾਂਜੀ ਹਾਂਜੀ, ਗੱਡੀ ਵਾਲੇ ਦਾਰੂ ਪੀਤੀ ਹੋਈ ਅਸ਼ਾਹੂਰ ਜੀ। ਹਾਂਜੀ, ਇੱਕ ਤਪਾਲੋਂ ਦੱਸ ਜੀ, ਇਹ ਅਸੀਂ ਪੈਲਸ 'ਚੋਂ ਨਿਕਲੇ ਸੀਗੇ 7:30 ਵਜੇ। ਹਾਂਜੀ, ਇਹ ਹੋਇਆ 7:45 ਵਜੇ, ਸ਼ਾਮ ਦੇ ਟਾਈਮ 7:45 ਵਜੇ। ਹਾਂਜੀ ਹਾਂਜੀ, 3-4 ਘੰਟੇ ਹੋ ਗਏ ਆ। ਬੋਡੀ ਲੈ ਗਏ ਆ? ਹਾਂਜੀ, ਬੋਡੀ ਲੈ ਗਏ ਜੀ ਗੱਡੀ। ਹਾਂਜੀ ਸਰ, ਕੀ ਨਾਮ ਆਪਣਾ, ਕੀ ਮਾਮਲਾ ਹੋਇਆ? ਮੈਂ ਡਿਊਟੀ ਅਫਸਰ ਏ ਸੇ ਹਰਭਜਨ ਸਿੰਘ, ਅਤੇ ਅੱਜ ਅਸੀਂ ਸਾਨੂੰ ਪਤਾ ਲੱਗਾ, ਇਨਫੋਰਮੇਸ਼ਨ ਆਈ ਵੀ ਮੈਂ ਪੁਲ ਜਿਹੜਾ ਹਾਈਵੇ ਆ ਗ੍ਰਾਂ ਦਾ ਅੱਟੇ ਦੇ ਸਾਹਮਣੇ, ਉੱਥੇ ਐਕਸੀਡੈਂਟ ਹੋਇਆ, ਦੋ ਬਾਈਕ ਦੇ ਸਵਾਰ ਜਿਹੜੇ ਸੀਗੇ ਉਹਦੇ ਨਾਲ ਮਰਸੀਡੀ ਗੱਡੀ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਅਤੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ।
ਅਤੇ ਅਸੀਂ ਆਪਣੇ ਬਾਕੀ ਆਈਡੈਂਟੀਫਾਈ ਕਰ ਰਹੇ ਹਾਂ ਅਤੇ ਜਿਹੜੇ ਦੋ ਬੰਦੇ ਆਸ਼ਾਪੁਰ ਦੇ ਸਾਨੂੰ ਪਤਾ ਲੱਗਾ ਵੀ ਆਸ਼ਾਪੁਰ ਦੇ ਪਿੰਡ ਦੇ ਅਤੇ ਬਾਈਕ ਨੂੰ ਵੀ ਕਹਿੰਦੇ ਅੱਗ ਲੱਗ ਗਈ ਆ ਬਾਈਕ ਨੂੰ ਫਿਰ ਉਹ ਜਦੋਂ ਐਕਸੀਡੈਂਟ ਵੱਜਣ ਦੇ ਨਾਲ ਪੈਟਰੋਲ ਵਾਲੀ ਟੈਂਕੀ ਦੇ ਨਾਲ ਹੋਣ ਕਰਕੇ ਥੱਲੇ ਕਿਸਮ ਦੇ ਨਾਲ ਅੱਗ ਲੱਗ ਗਈ ਨਾਲੇ ਉਹ ਬੰਦਾ ਫੜ ਲਿਆ ਬੰਦਾ ਹੀ ਮੌਕੇ 'ਤੇ ਲੈ ਲਿਆ ਕਬਜ਼ੇ ਉਹਨੂੰ ਲੈ ਕੇ ਆਪਾਂ ਕਬਜ਼ੇ 'ਚ ਲੈ ਲਿਆ